ਜੀ ਅੱਜ ਦਾ ਵਲੌਗ ਆਪਣਾ ਹੈਗਾ ਡੈਸ਼ ਕੈਮਰਾ। ਬਹੁਤ ਸਾਰੇ ਡੈਸ਼ ਕੈਮਰਾ ਅਵੇਲੇਬਲ ਨੇ ਆਪਣੇ ਮਾਰਕੀਟ ਦੇ ਵਿੱਚ, ਬਟ ਇੱਕ ਕੰਪਨੀ ਆਪਣੀ ਜੀ ਮੈਕ, ਇਹਦੇ ਐਚ ਡੀ ਡੈਸ਼ ਕੈਮਰਾ ਅਜੇ ਅੱਜ ਦੀ ਡੇਟ 'ਚ ਫਿਲਹਾਲ ਲੱਗਾ ਹੋਇਆ ਐਮਾਜ਼ੋਨ ਦੇ ਉੱਤੇ ਅਰਾਊਂਡ 27-28 ਡਾਲਰ ਦਾ। ਬਹੁਤ ਬੈਸਟ ਡੈਸ਼ ਕੈਮ ਹੈ ਜੀ, ਬਹੁਤ ਪੈਸੇ ਆਪਾਂ ਬਰਬਾਦ ਕੀਤੇ ਆ ਵੱਖਰੇ ਵੱਖਰੇ ਡੈਸ਼ ਕੈਮ 'ਤੇ। ਕੋਈ ਰਿਕਾਰਡ ਪ੍ਰੋਪਰਲੀ ਨਹੀਂ ਕਰਦਾ, ਕੋਈ ਰਿਕਾਰਡਿੰਗ ਵਿੱਚੋਂ ਮਿਸ ਕਰ ਜਾਂਦਾ, ਠੀਕ ਹੈ। ਅਤੇ ਜੀ ਮੈਕ ਦਾ ਡੈਸ਼ ਕੈਮ ਮੇਰਾ ਦੂਸਰਾ ਡੈਸ਼ ਕੈਮ ਜਿਹੜਾ ਮੈਂ ਮੰਗਾਇਆ, ਅਤੇ ਇਹਦਾ ਤੁਹਾਨੂੰ ਓਪਨ ਬੋਕਸ ਕਰਕੇ ਦਿਖਾਉਂਦੇ ਹਾਂ। ਅਤੇ ਬਹੁਤ ਵਧੀਆ ਜੀ, ਮੇਰੇ ਵੱਲੋਂ ਤਾਂ 5 ਸਟਾਰ ਰੇਟਿੰਗ ਆ। ਇਹ ਤੁਹਾਨੂੰ ਇਹੋ ਜਿਹਾ ਦਿਖੂਗਾ, ਇਹਦੀ ਸਕਰੀਨ ਐਵੇਂ ਦੀ ਹੈ, ਠੀਕ ਹੈ ਜੀ। ਅਤੇ ਇਹਦੇ ਨਾਲ ਤੁਹਾਨੂੰ ਅਡਾਪਟਰ ਵਗੈਰਾ ਜਿਹੜਾ ਦੋ ਕੁ ਸਟੈਂਡ ਮਿਲਦੇ ਆ ਆਪਣੇ, ਅਤੇ ਮੈਮਰੀ ਕਾਰਡ ਇਹਦੇ ਨਾਲ ਨਹੀਂ ਮਿਲਦਾ। ਮੈਮਰੀ ਕਾਰਡ ਆਈ ਵੁੱਡ ਸੁਜੈਸਟ ਯੂ ਕਿ ਸੈਪਰੇਟਲੀ ਬਾਏ ਕਰੋ। ਅਤੇ ਥੋੜ੍ਹੀ ਹੋਰ ਜੀ ਐਕਸੈਸਰੀਜ਼ ਹੈ ਨਾ ਵਾਇਰ ਵਗੈਰਾ ਦੀ, ਅਤੇ ਇੱਕ ਹੋਰ ਸਟੈਂਡ ਆ, ਦੋ ਸਟੈਂਡ ਆ ਇਹਨਾਂ ਦਾ। ਅਤੇ ਬਹੁਤ ਵਧੀਆ ਜੀ, ਮੇਰੇ ਵੱਲੋਂ ਪੂਰਾ ਇਹਨੂੰ 5 out of 5 ਰੇਟਿੰਗ ਆ। ਕੋਈ ਆਪਾਂ ਪ੍ਰੋਮੋਸ਼ਨ ਕਰਨ ਲਈ ਨਹੀਂ ਕਰ ਰਹੇ ਜੀ, ਬਟ ਇਹ ਕੰਪਨੀ ਦਾ ਮੈਨੂੰ ਸਭ ਤੋਂ ਵਧੀਆ ਲੱਗਾ ਪਿਛਲੇ ਕਈ ਸਾਲਾਂ 'ਚੋਂ। ਅਤੇ ਇਹਦਾ ਇਹ ਕੁਆਲਿਟੀ ਵਧੀਆ, ਆਡੀਓ ਵੀਡੀਓ ਕੁਆਲਿਟੀ ਦੋਵੇਂ ਵਧੀਆ। ਅਤੇ ਜਿਹਨੂੰ ਵੀ ਟਰੱਕ ਦੇ ਪਰਪਸ ਦੀ ਯੂਜ਼ ਕਰਨਾ ਅਤੇ ਆਪਣੀ ਗੱਡੀ ਦੇ ਪਰਪਸ ਦੀ ਯੂਜ਼ ਕਰਨਾ, ਅਤੇ ਜ਼ਰੂਰ ਮੇਰੇ ਵੱਲੋਂ ਸੁਜੈਸ਼ਨ ਆ ਇਹਨੂੰ ਟਰਾਈ ਕਰਕੇ ਦੇਖਿਓ। ਉੱਦਾਂ ਨਹੀਂ, ਰੈਗੂਲਰ ਪ੍ਰਾਈਜ਼ ਆਈ ਥਿੰਕ 48 or 50 ਡਾਲਰ ਹੁੰਦੀ ਆ, ਅਜੇ ਇਹ ਸੇਲ 'ਤੇ ਲੱਗਾ ਹੋਇਆ, ਠੀਕ ਹੈ, 27 ਡਾਲਰ ਦਾ। ਅਤੇ ਇਹਨੂੰ ਜ਼ਰੂਰ ਟਰਾਈ ਕਰਿਓ ਜੀ, ਤੁਸੀਂ ਦੱਸਿਓ ਕਿੱਦਾਂ ਲੱਗਾ। ਓਕੇ ਜੀ, ਥੈਂਕ ਯੂ।